ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਧਾਇਕਾਂ ਅਤੇ ਮੰਤਰੀਆਂ ਦੇ ਨਾਮ 'ਤੇ ਮੰਗ ਪੱਤਰ ਦੇਣ ਦਾ ਐਲਾਨ ਕੀਤਾ ਗਿਆ ਸੀ। ਉਹਨਾਂ ਨੇ ਕਿਹਾ ਸੀ ਕਿ 1 ਦਸੰਬਰ ਤੋਂ ਲੈ ਕੇ 11 ਦਸੰਬਰ ਤੱਕ ਇਹ ਮੰਗ ਪੱਤਰ ਦਿੱਤੇ ਜਾਣ ਅਤੇ ਉਸ ਦੇ ਚੱਲਦਿਆਂ ਅੱਜ ਪਟਿਆਲਾ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਪੱਤਰ ਦਿੱਤਾ ਗਿਆ। ਉੱਥੇ ਹੀ ਕਿਸਾਨ ਆਗੂ ਦਰਸ਼ਨਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਕਿਸੇ ਵੀ ਪਾਰਟੀ ਵੱਲੋਂ ਪਾਰਲੀਮੈਂਟ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੋਈ ਵੀ ਮੁੱਦਾ ਨਹੀਂ ਉਠਾਇਆ ਜਾ ਰਿਹਾ। ਉੱਥੇ ਹੀ ਬੋਲਦਿਆਂ ਉਹਨਾਂ ਨੇ ਕਿਹਾ ਕਿ ਕਿਸੇ ਵੀ ਪਾਰਟੀ ਵੱਲੋਂ ਜੇਕਰ ਪਾਰਲੀਮੈਂਟ ਦੇ ਵਿੱਚ ਮੁੱਦਾ ਨਾ ਉਠਾਇਆ ਗਿਆ ਤਾਂ ਮੰਤਰੀਆਂ ਅਤੇ ਵਿਧਾਇਕਾਂ ਦਾ ਜ਼ਬਰਦਸਤ ਵਿਰੋਧ ਹੋਵੇਗਾ, ਮੰਤਰੀਆਂ ਤੇ ਵਿਧਾਇਕਾਂ ਦਾ ਜਿਉਣਾ ਵੀ ਹਰਾਮ ਕੀਤਾ ਜਾਵੇਗਾ। ਤੇ ਉੱਥੇ ਉਹਨਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਸਰਕਾਰਾਂ ਦੇ ਖਿਲਾਫ ਹੋਰ ਵੀ ਵੱਡੇ ਸੰਘਰਸ਼ ਵਿੱਢੇ ਜਾਣਗੇ। ਆਓ ਸੁਣ ਲੈਂਦੇ ਆ ਹੋਰ ਕੀ ਕੁਝ ਕਿਹਾ ਦਰਸ਼ਨਪਾਲ ਸਿੰਘ ਨੇ। ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਸੀ ਕਿ 1 ਤਰੀਕ ਤੋਂ ਲੈ ਕੇ 11 ਦਸੰਬਰ ਤੱਕ, ਜਿਸ ਦਿਨ ਅਸੀਂ ਦਿੱਲੀ ਤੋਂ ਵਾਪਸ ਚਾਲੇ ਪਾਏ ਸੀ ਅਤੇ ਮਾਰਚ ਕਹਿ ਕੇ 1 ਤਰੀਕ ਤੋਂ ਲੈ ਕੇ 11 ਤਰੀਕ ਤੱਕ ਸਾਰੇ ਦੇਸ਼ 'ਚ ਸਾਰੇ MPਆਂ ਨੂੰ ਉਹ 7 ਸੂਤਰੀ ਮੰਗ ਪੱਤਰ ਦੇਣਾ, ਜਿਹੜਾ ਮੰਗ ਪੱਤਰ ਸੰਯੁਕਤ ਕਿਸਾਨ ਮੋਰਚੇ ਦੀਆਂ ਰਹਿੰਦੀਆਂ 4 ਮੰਗਾਂ ਅਤੇ 3 ਨਵੀਆਂ ਮੰਗਾਂ। ਨਵੀਆਂ ਮੰਗਾਂ 'ਚ ਨੇ ਕਰਜ਼ੇ ਤੋਂ ਮੁਕਤੀ, ਫਸਲਾਂ ਦਾ ਬੀਮਾ, ਕਿਸਾਨਾਂ ਦੀ ਕਿਸਾਨ ਪੈਨਸ਼ਨ, ਇਹਨਾਂ 3 ਮੰਗਾਂ ਅਤੇ ਪਿਛਲੀਆਂ 4 ਮੰਗਾਂ ਨੂੰ ਜੋੜ ਕੇ 7 ਸੂਤਰੀ ਮੰਗ ਪੱਤਰ ਇਹ ਰਾਸ਼ਟਰਪਤੀ ਦੇ ਨਾਮ ਅਸੀਂ ਭੇਜਿਆ। ਪਹਿਲਾਂ ਗਵਰਨਰ ਦੇ ਰਾਹੀਂ ਭੇਜਿਆ ਸੀ, ਹੁਣ ਜਿਹੜਾ ਅਸੀਂ ਕਈ ਜਗ੍ਹਾ MLA ਨੂੰ ਦੇ ਰਹੇ ਨੇ ਲੋਕ, ਜਿੱਥੇ MP ਨਹੀਂ ਹੈਗੇ ਨੇੜੇ, ਕਈ MPਆਂ ਨੂੰ, ਕਈ BJP ਦੇ ਲੀਡਰਾਂ ਨੂੰ। ਇਹਦੇ ਵਿੱਚ ਜਿਹੜੀ ਮੇਨ ਗੱਲ ਇਹ ਹੈ ਕਿ ਇਹਦੇ ਰਾਹੀਂ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜਾਂ ਤਾਂ ਤੁਸੀਂ ਆਪਣੀਆਂ ਅਸੈਂਬਲੀਆਂ, ਆਪਣੀਆਂ ਪਾਰਟੀਆਂ ਪਾਰਲੀਮੈਂਟ ਦੇ ਵਿੱਚ ਮਸਲੇ ਉਠਾਓ ਕਿਸਾਨਾਂ ਦੇ, ਨਹੀਂ ਅਸੀਂ ਤੁਹਾਡਾ ਆਉਣ ਵਾਲੇ ਸਮੇਂ ਦੇ ਅੰਦਰ ਤੁਹਾਡੇ ਖਿਲਾਫ਼ ਕਾਰਵਾਈ ਕਰਨ ਲਈ ਮਜਬੂਰ ਹੋ। ਇੱਕ ਡਾਕਟਰ ਸਾਹਿਬ, 15 ਦਸੰਬਰ ਤੋਂ ਟੋਲ ਪਲਾਜ਼ੇ ਵੀ ਕਿਸਾਨਾਂ ਵੱਲੋਂ ਬੰਦ ਕਰ, ਟੋਲ ਪਲਾਜ਼ੇ ਇੱਕ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਜਿਹੜੀ, ਉਹ ਕਰ ਰਹੇ ਨੇ 1 ਮਹੀਨੇ ਵਾਸਤੇ, ਉਹ ਆਪਣਾ ਸੰਘਰਸ਼ ਕਰ ਰਹੇ ਨੇ, ਉਹਨਾਂ ਦੀਆਂ ਵੀ ਮੰਗਾਂ ਜਾਇਜ਼ ਨੇ। ਉਹ ਟੋਲ ਪਲਾਜ਼ੇ ਵੀ ਆਪਣੇ ਕਹਿ ਲਓ ਕਿ ਆਮ ਆਦਮੀ ਪਾਰਟੀ ਦੇ MLAਆਂ ਦੇ ਘਰਾਂ ਅੱਗੇ ਸਾਰੀਆਂ ਜਥੇਬੰਦੀਆਂ ਆਪਣੇ ਆਪਣੇ ਐਕਸ਼ਨ ਕਰਨ ਲਈ ਬਜ਼ਾਰ ਨੇ। ਅੱਜ ਪੰਜਾਬ ਦੀਆਂ 33 ਜਥੇਬੰਦੀਆਂ ਦਾ ਫੈਸਲਾ ਕਿ 11 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਇਹ MPਆਂ ਨੂੰ ਮੰਗ ਪੱਤਰ ਦੇਣੇ ਨੇ ਅਤੇ ਨਾਲ ਚੇਤਾਵਨੀ ਰਹਿਣੀ ਹੈ ਕਿ ਅਸੀਂ ਤੁਹਾਡਾ ਪਿੰਡਾਂ 'ਚ ਵੜਨਾ ਬੰਦ ਕਰਾਂਗੇ ਅਗਰ ਤੁਸੀਂ ਸਾਡੇ ਮਸਲੇ ਨੂੰ ਪਾਰਲੀਮੈਂਟ ਅਤੇ ਅਸੈਂਬਲੀਆਂ 'ਚ ਨਹੀਂ ਉਠਾਓਗੇ। ਥੈਂਕ ਯੂ।